ਸ਼ਹਿਰ ਵਿੱਚ ਇਹ ਸਾਰੇ ਪੋਸਟਰ ਕਿਸਨੇ ਲਗਾਏ ਇਹ ਤਾਂ ਪਤਾ ਨਹੀਂ ਚੱਲ ਪਾਇਆ, ਪਰ ਪੋਸਟਰਾਂ ਤੇ ਇੱਕ ਪਾਸੇ ਜਿੱਥੇ ਕੇਜਰੀਵਾਲ ਦੀ ਤਸਵੀਰ ਵਾਲਾ ਕਾਰਟੂਨ ਛਪਿਆ ਹੋਇਆ, ਉੱਥੇ ਠੀਕ ਨੀਚੇ ਆਪ ਦੇ 18 ਜਿਹੇ ਵਿਧਾਇਕਾਂ ਦੀਆਂ ਤਸਵੀਰਾਂ ਨੇ ਜੋ ਕਿਸੇ ਨਾ ਕਿਸੇ ਵਿਵਾਦ ਵਿੱਚ ਫਸ ਚੁੱਕੇ ਨੇ, ਤੇ ਉਹਨਾਂ ਦੇ ਵਿਵਾਦਾਂ ਨੂੰ ਤਰਤੀਬ ਨਾਲ ਫੋਟੋ ਦੇ ਨਾਲ ਲਿਖਿਆ ਗਿਆ ਤੇ ਪੋਸਟਰ ਦੇ ਠੀਕ ਉੱਤੇ ਹੈਡਿੰਗ ਵਿੱਚ ਲਿਖਿਆ ਗਿਆ ਕਿ ਕੇਜਰੀਵਾਲ ਦੇ ਨਕਲੀ ਹੀਰੇ। ਹੁਣ ਜਦੋਂ ਕੇਜਰੀਵਾਲ ਦੀ ਪਟਿਆਲਾ ਆਮਦ ਤੋਂ ਪਹਿਲਾਂ ਹੀ ਅਜਿਹੇ ਪੋਸਟਰ ਲਗਾਏ ਜਾਣ ਤਾਂ ਸੁਭਾਵਿਕ ਹੈ ਕਿ ਵਿਵਾਦ ਹੋਵੇਗਾ, ਤੇ ਆਪ ਦੇ ਬੁਲਾਰੇ ਡਾਕਟਰ ਬਲਵੀਰ ਸਿੰਘ ਨੇ ਇਸ ਦਾ ਠਿਕਰਾ ਹੋਰਨਾਂ ਪਾਰਟੀਆਂ ਦੇ ਸਿਰ ਭੰਨ ਦਿੱਤਾ ਹੈ। ਦੇਖੋ, ਇਹ ਜੋ ਅਕਾਲੀ ਬੀਜੇਪੀ ਗਵਰਨਮੈਂਟ ਹੈ ਨਾ, ਇਨਕੇ ਡਰਟੀ ਟ੍ਰਿਕਸ ਡਿਪਾਰਟਮੈਂਟ ਹੈ, ਇਹ ਐਸੀ ਗਿਰੀ ਹੋਈ ਰਾਜਨੀਤੀ, ਇਹ ਗਿਰੀ ਜਾ ਰਹੇ, ਇਨਕੋ ਸਾਹਮਣੇ ਹਾਰ ਨਜ਼ਰ ਆਤੀ ਹੈ। ਅਬ ਆਪਣੀ ਹਾਰ ਦੇਖ ਕੇ ਜੇ ਬੁਖਲਾ ਗਏ ਔਰ ਐਸੀ ਹਰਕਤੇ ਕਰ ਰਹੇ ਹੈ तो ये परेशान कर रहे हैं। हम जो डायलॉग करके अरविंद जी यहाँ आ रहे हैं, वो अध्यापकों से, डॉक्टर से मिलेंगे, उनसे वार्तालाप करेंगे। ਉਧਰ ਜਦੋਂ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖਣਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਅਕਾਲੀ ਦਲ ਦੀ ਅਜਿਹੇ ਕੰਮਾਂ ਵਿੱਚ ਦਿਲਚਸਪੀ ਨਹੀਂ ਹੈ, ਤੇ ਹੋ ਸਕਦਾ ਹੈ ਕਿ ਇਹ ਪੋਸਟਰ ਖੁਦ ਆਪ ਦੇ ਬਾਗੀ ਹੋਏ ਆਗੂਆਂ ਨੇ ਲਗਾਏ ਹੋਣ। ਅਕਾਲੀ ਦਲ ਵੱਲੋਂ ਕੋਈ ਪੋਸਟਰ ਲੈ ਗਿਆ, ਅਸੀਂ ਨਾ ਕੋਈ ਪੋਸਟਰ ਲਾਉਂਦੇ ਹਾਂ, ਅਤੇ ਮੈਂ ਕਹਿੰਦਾ ਅਸੀਂ ਜੋ ਪਹਿਲਾਂ ਕਹਿੰਦੇ ਸੀ, ਹੁਣ ਤਾਂ ਆਪਣੇ ਲੋਕ ਕਹਿਣ ਲੱਗੇ, ਹੁਣ ਤਾਂ ਆਪਣੇ ਵਲੰਟੀਅਰ ਕਹਿਣ ਲੱਗੇ ਵੀ ਇਹ ਕੀ ਕਰਦੇ ਨੇ, ਜੋ ਉਹਨਾਂ ਦਾ ਸੱਚ ਸਾਹਮਣੇ ਆਇਆ ਦਿਨਾਂ ਦੇ ਵਿੱਚ ਪਿੱਛੇ ਸੀਡੀਆਂ ਆਈਆਂ ਨੇ, ਅਤੇ ਮੈਂ ਸਮਝਦਾ ਆਪਾਂ ਘਰਾਂ 'ਚ ਬੈਠ ਕੇ ਗੱਲ ਵੀ ਨਹੀਂ ਕਰ ਸਕਦੇ ਜੋ ਉਹਨੇ ਕਾਇਆ ਕਰ ਦਿੱਤਾ ਕਿਤੇ। ਜੀ ਚੰਦਾ ਜੀ ਸਾਬਤ ਹੋ ਗਿਆ ਵੀ ਮੈਨੇ ਦੇਖ ਪੜ੍ਹ ਰਿਹਾ 18 ਨਕਲੀ ਹੀਰੋ, ਇਹ ਨਕਲੀ ਹੀਰੋ ਆਈ ਨਹੀਂ ਹੈ, ਇਹ ਫੋਟੋਆਂ ਕਿਸੇ ਦੇ ਘਰੋਂ ਪ੍ਰਿੰਟ ਕੱਢ ਕੇ ਨਹੀਂ ਲਿਆਂਦੀ, ਇਹ ਸੋਸ਼ਲ ਮੀਡੀਆ 'ਚ ਵੀ ਆ ਰਹੀ ਹੈ ਔਰ ਬੜੀ ਜਲਦੀ ਹੀ ਦਿੱਲੀ ਫਲੋਪ ਹੋ ਗਈ। ਜਿਹੜਾ ਬੰਦਾ ਦਿੱਲੀ ਦੇ ਵਿੱਚ 18 ਉਹ ਕਹਿੰਦੇ ਨੇ ਆਲੀ ਬਾਬਾ 40 ਚੋਰ, 18 ਚੋਰ ਤਾਂ ਨਜ਼ਰ ਹੀ ਆ ਰਹੇ ਹੈ, ਬਾਕੀ ਅੱਗੇ ਪਤਾ ਨਹੀਂ ਪੰਜਾਬ ਦਾ ਸਾਡਾ ਕੀ ਭਵਿੱਖ ਹੈ। ਕਿਉਂਕਿ ਸਾਡਾ ਭਵਿੱਖ ਪੜ੍ਹੇ ਲਿਖੇ ਲੋਕ ਹੈ, ਚੰਗੀ ਸੋਚ ਨੂੰ ਦੇਖ ਕੇ ਚੰਗੀ ਜਗ੍ਹਾ ਵੋਟ ਪਾਉਣ, ਤਾਂ ਕਿ ਪੰਜਾਬ ਨੂੰ ਆਪਣਾ ਭਵਿੱਖ ਵਧੀਆ ਬਣਾ ਸਕੇ।